7 जनवरी तो जिहड़ा कौमी मुद्दा लैके कौमी इंसाफ मोर्चा लग्या चंडीगढ़ की गुहा से अरदास करके गुरु के चरणों च वह काफिला तुरिया तो इस जिथे स्थान है प्रशासन ने सानू जबरदस्ती रोकया गया ना असी रास्ता बंद करिया ना असी अपने हाथ तो खोलना जे सरकार नू साडे तो खलौना सी जिन्हां मुद्दियां नू लैके असी मोर्चा लाया घटो घट्टी सरकार हल कर दी बापू जी ना बिकेगा ना झुकेगा गुरु ग्रंथ साहब के अगे अरदास करके बापू जी ने मोर्चा लाया उस ते पाबंद रहिंदा होया मैं अपने अपनी जबान तो ना सरकार नू कोई सहमति देनी है रास्ता खोलन दी ना अपने हाथ नाल खोलना पहला जज साहब सरकारां नूं यूटी सरकार ते पंजाब सरकार नूं हदायत करदे रहे भी इन्हां दा मसला जिहड़ा उह धार्मिक मसला तुसीं बैठ के हल करो सो उह हल करन दी बजाए हुण उह जज नूं पता नहीं की होया की नहीं उहदी मैं तां कहां जमीर मर चुकी है मैं उस जज साहब नूं पुछना चाहुंदा भी जिन्हां दे कोर्ट वल्लों मिलियां सजावां डबल डबल कट चुके 28 साल 30 साल 32 साल ਕੀ ਉਹਨਾਂ ਦਾ ਆਪਣਾ ਕੋਈ ਹੱਕ ਨਹੀਂ ਉਹਨਾਂ ਨੂੰ ਅਦਾਲਤਾਂ ਦਾ ਫਰਜ਼ ਨਹੀਂ ਬਣਦਾ ਉਹਨੂੰ ਰਿਹਾ ਕਰਨ ਦਾ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਨਹੀਂ ਦੇਣ ਵਾਸਤੇ ਸਰਕਾਰਾਂ ਤਿਆਰ ਕੋਰਟ ਆਰਡਰ ਕਰਨ ਜਾ ਰਹੀ ਹੈ ਪਰੰਤੂ ਪ੍ਰਸ਼ਾਸਨ ਸਾਡੇ ਤੇ ਦਬਾਅ ਪਾ ਰਿਹਾ ਨਾ ਮੈਂ ਰਸਤਾ ਖੋਲ੍ਹਣ ਵਾਸਤੇ ਸਹਿਮਤੀ ਦੇਣੀ ਹੈ ਨਾ ਮੈਂ ਸਹਿਮਤ ਹੈ ਰਸਤਾ ਖੋਲ੍ਹਣ ਬਾਰੇ ਬਾਪੂ ਦੀ ਕੋਈ ਸਹਿਮਤੀ ਨਹੀਂ ਭਾਵੇਂ ਕੋਈ ਸਾਡੇ ਬੰਦੇ ਵੀ ਸਰਕਾਰ ਦੇ ਹੱਕ 'ਚ ਭੁਗਤਣ ਮੈਨੂੰ ਕੋਈ ਇਤਰਾਜ਼ ਨਹੀਂ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਲਗਾਤਾਰ ਸੁਣਵਾਈ ਜਿਹੜੀ ਮੋਰਚੇ ਨੂੰ ਲੈ ਕੇ ਚੱਲ ਰਹੀ ਆ ਤਾਂ ਉਹਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਹੁਣ ਜਵਾਬ ਹੈ ਜਿਹੜਾ ਉਹ ਦਾਖਲ ਕਰਨਾ ਦੂਜੇ ਪਾਸੇ ਦੇਖੀਏ ਕੌਮੀ ਸਾਫ ਮੋਰਚਾ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਹੈ ਤੇ ਉਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਕਈ ਹੋਰ ਜਿਹੜੇ ਪੰਥਕ ਮਸਲੇ ਨੇ ਉਹਨਾਂ ਤੋਂ ਲੈ ਕੇ ਚਰਚਾ ਚੱਲ ਰਹੀ ਹੈ ਤਸਵੀਰਾਂ ਦਿਖਾ ਦਿੰਦੇ ਨੇ ਕਿਉਂਕਿ ਆਹੀ ਰੋਡ ਖੁੱਲ੍ਹਣ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਹੈ ਜਿਹੜੀ ਮੀਟਿੰਗਾਂ ਦਾ ਦੌਰ ਹੈ ਉਹ ਚੱਲ ਰਿਹਾ ਹੈਗਾ ਇੱਕ ਪਾਸੇ ਜਿਹੜਾ ਕਿ ਲਗਾਤਾਰ ਪਾਠ ਚੱਲਦਾ ਰਹਿੰਦਾ ਤੇ ਦੂਜੇ ਪਾਸੇ ਜੇਕਰ ਕੀਤੀ ਜਾਵੇ ਬਾਪੂ ਗੁਰਚਰਨ ਹੋਰੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਹਾਲਾਂਕਿ ਸਾਂਝੀ ਕਰਨਗੇ ਜੋ ਮੀਟਿੰਗ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਹੋਈ ਆ ਤੇ ਇਹੀ ਰਸਤੇ ਨੂੰ ਲੈ ਕੇ ਲਗਾਤਾਰ ਜਿਹੜੀ ਗੱਲਬਾਤ ਚੱਲ ਰਹੀ ਹੈ ਕਿ ਕਿਉਂਕਿ ਸਾਹਮਣੇ ਤੁਸੀਂ ਦੇਖੋ ਬੈਰੀਗੇਟਿੰਗ ਹੋਈ ਹੋਈ ਹੈ ਕਿ ਇਹ ਰਸਤਾ ਜਿਹੜਾ ਉਹ ਖਾਲੀ ਕਰਾਇਆ ਜਾਵੇ ਜਾਂ ਕਿਹੇ ਕਿ ਖਾਲੀ ਕਰ ਦਿੱਤਾ ਜਾਵੇ ਤਾਂ ਸਹਿਮਤੀ ਕੀ ਕੋਈ ਬਣੀ ਹੈ ਇਹ ਤਮਾਮ ਚੀਜ਼ਾਂ ਨੂੰ ਲੈ ਕੇ ਬਾਪੂ ਗੁਰਚਰਨ ਨੇ ਜਿਹੜੇ ਉਹ ਗੱਲ ਸਾਂਝੀ ਕਰਨਗੇ 7 ਜਨਵਰੀ ਤੋਂ ਜਿਹੜਾ ਕੌਮੀ ਮੁੱਦਿਆਂ ਨਾਲ ਲੈ ਕੇ ਕੌਮੀ ਇਨਸਾਫ ਮੋਰਚਾ ਲੱਗਿਆ ਚੰਡੀਗੜ੍ਹ ਦੀ ਗੁਰੂਹਾਂ 'ਤੇ ਉਸ ਦਿਨ ਜਿਸ ਦਿਨ ਅਸੀਂ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਦੇ ਚਰਨਾਂ 'ਚ ਉਹ ਕਾਫਲਾ ਤੁਰਿਆ ਤਾਂ ਇਸ ਜਿੱਥੇ ਸਥਾਨ ਹੈ ਪ੍ਰਸ਼ਾਸਨ ਨੇ ਸਾਨੂੰ ਜ਼ਬਰਦਸਤੀ ਰੋਕਿਆ ਗਿਆ ਕਿਉਂਕਿ ਸਾਡੀ ਮਨਸਾ ਸੀ ਜਿਹੜੀ ਚੰਡੀਗੜ੍ਹ ਜਾਣ ਦੀ ਕਿਉਂਕਿ ਗਵਰਨਰ ਵੀ ਚੰਡੀਗੜ੍ਹ ਹੈ CM ਵੀ ਚੰਡੀਗੜ੍ਹ ਹੈ ਸੋ ਸਾਨੂੰ ਜ਼ਬਰਦਸਤੀ ਰੋਕਿਆ ਗਿਆ 2 ਮਹੀਨੇ ਪ੍ਰਸ਼ਾਸਨ ਨੇ ਕੋਈ ਹਿਲਜੁਲ ਕੋਈ ਸਾਡੇ ਖਿਲਾਫ਼ ਕਾਰਵਾਈ ਨਹੀਂ ਕੀਤੀ ਪਰੰਤੂ ਉਸ ਤੋਂ ਕੁਛ ਦਿਨ ਬਾਅਦ ਇੱਕ ਬੰਦੇ ਵੱਲੋਂ ਰਿਟ ਪੁਆਈ ਗਈ ਜਿਹੜੀ ਸਰਕਾਰ ਨੇ ਆਪ ਉਹਨੂੰ ਪ੍ਰਮੋਟ ਕਰਕੇ ਰਿਟ ਪੁਆਈ ਹਾਈ ਕੋਰਟ 'ਚ ਸੋ ਹਾਈ ਕੋਰਟ 'ਚ ਜਿਹੜੀ ਤਰੀਕਾਂ ਲੱਗਦੀਆਂ ਰਹੀਆਂ ਪਹਿਲਾਂ ਜੱਜ ਸਾਹਿਬ ਸਰਕਾਰਾਂ ਨੂੰ UT ਸਰਕਾਰ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕਰਦੇ ਰਹੇ ਵੀ ਇਹਨਾਂ ਦਾ ਮਸਲਾ ਜਿਹੜਾ ਉਹ ਧਾਰਮਿਕ ਮਸਲਾ ਤੁਸੀਂ ਬੈਠ ਕੇ ਹੱਲ ਕਰੋ ਸੋ ਉਹ ਹੱਲ ਕਰਨ ਦੀ ਬਜਾਏ ਹੁਣ ਉਹ ਜੱਜ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਉਹਦੀ ਮੈਂ ਤਾਂ ਕਹਾਂ ਜ਼ਮੀਰ ਮਰ ਚੁੱਕੀ ਹੈ ਵੀ ਜਿਹੜਾ ਇੱਕ ਬੰਦੇ ਦੀ ਪਟੀਸ਼ਨ 'ਤੇ ਇੰਨੀ ਜਲਦੀ ਪ੍ਰਸ਼ਾਸਨ ਵੀ ਅਤੇ ਅਦਾਲਤਾਂ ਵੀ ਹਰਕਤ ਆ ਰਹੀਆਂ ਤਕਰੀਬਨ 5 ਮਹੀਨੇ ਬਾਅਦ ਹੀ ਉਹ ਆਰਡਰ ਛਡਾਉਣ ਜਾ ਰਿਹਾ ਜਿਹੜਾ ਅੱਜ ਕੱਲ੍ਹ ਨੂੰ 5 ਸਤੰਬਰ ਨੂੰ ਮੋਰਚਾ ਚੱਕਣ ਦਾ ਜਾਂ ਰਸਤਾ ਖੋਲ੍ਹਣ ਦਾ ਸੋ ਮੈਂ ਉਸ ਜੱਜ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹਨਾਂ ਦੇ ਕੇਸ ਜਿਨ੍ਹਾਂ ਦੇ ਕੋਰਟ ਵੱਲੋਂ ਮਿਲੀਆਂ ਸਜ਼ਾਵਾਂ ਡਬਲ ਡਬਲ ਕੱਟ ਚੁੱਕੇ 28 ਸਾਲ 30 ਸਾਲ 32 ਸਾਲ ਕੀ ਉਹਨਾਂ ਦਾ ਆਪਣਾ ਕੋਈ ਹੱਕ ਨਹੀਂ ਉਹਨਾਂ ਨੂੰ ਅਦਾਲਤਾਂ ਦਾ ਫਰਜ਼ ਨਹੀਂ ਬਣਦਾ ਉਹਨੂੰ ਰਿਹਾ ਕਰਨ ਦਾ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਨਹੀਂ ਦੇਣ ਵਾਸਤੇ ਸਰਕਾਰਾਂ ਤਿਆਰ ਕੋਰਟ ਸੋ ਇਸ ਕਰਕੇ ਜਿਹੜਾ ਅੱਜ ਕੱਲ੍ਹ ਨੂੰ 1 ਤਰੀਕ ਹੈ 5 ਸਤੰਬਰ ਨੂੰ ਜਿਸ ਦਿਨ ਕੋਰਟ ਆਰਡਰ ਕਰਨ ਜਾ ਰਹੀ ਹੈ ਪਰੰਤੂ ਪ੍ਰਸ਼ਾਸਨ ਸਾਡੇ 'ਤੇ ਦਬਾਅ ਪਾ ਰਿਹਾ ਵੀ ਇਹ ਗੇਟ ਰਸਤਾ ਖੋਲ੍ਹਣ ਦਾ ਸੋ ਮੈਂ ਸਪਸ਼ਟ ਕਰਨਾ ਬਈ ਨਾ ਮੈਂ
रास्ता खोलन वास्ते सहमति देनी है ना। मैं सहमत है, मेरे खिलाफ ये भी प्रचार किया जा रहा कि बापू जी की सरकार नाल कोई सहमति हुई है। मैं स्पष्ट करना गुरु नूं हाजिर नाजिर जान के भी रास्ता खोलन वाले बापू की कोई सहमति नहीं। भावें कोई साढ़े बंदे भी सरकार के हक च भुगतन, मैनू कोई इतराज नहीं, पर मैं स्पष्ट करना ये पुआध का इलाका जो खड़िया मेरे नाल खड़िया, क्योंकि ना असी रास्ता बंद करिया ना असी अपने हाथ तो खोलना। जे सरकार नूं साढ़े तो खिलाउणा सी जिन्हां मुद्दियां नूं लैके असी मोर्चा लाया, घट्टो घट्टी सरकार हल कर दी। जहदा जगतार सिंह हवारा नूं जेलां दा हक बनता, कानूनी हक बनता भी पंजाब च उन्हां दे केस है। 2015 च जिन्हें दिल्ली च केस सी सारे खत्म हो गए, परंतु उस दिल्ली सरकार उन्हां नूं पंजाब शिफ्ट नहीं कर रही। बार बार प्रशासन नाल साडियां मीटिंगां होईयां, सरकार प्रशासन सानू एक वादा भी करता रहा भी असी उन्हूं जल्दी इत्थे मोहाली कोर्ट च पेश करके, थोनू मीडिया नूं सारा इस बारे पता भी उन्हूं पंजाब दी जेल च शिफ्ट कर देना, परंतु सरकार उस ते भी सहमत नहीं हो रही। सरकार 1% भी जिस दिन तो 8 महीने तो साडा मोर्चा लग्या, 1% भी साडा कोई सानू जिहड़ी मंगा ते असी मोर्चा लाया इंसाफ देण नूं तैयार नहीं। सो मेरी यही बेनती है संगतां नूं कि गमराह ना हो प्रचार तो। मेरे खिलाफ़ भी प्रचार किया जा रहा जथेबंदियों वालों भी, कई निजी तौर पर भी कि बापू जी बिक गया, बापू जी सरकार के हक च भुगतरिया, बापू जी ना बिकेगा ना झुकेगा। गुरु ग्रंथ साहब के अगे अरदास करके बापू जी ने मोर्चा लाया, उस पर पाबंद रहिंदा होया। मैं अपने हथ अपनी जबान तो ना सरकार नूं कोई सहमति देनी है रास्ता खोलन दी, ना अपने हथ नाल खोलना। सरकार दे मर्जी है, जो पुरातन सरकार सिखां ते जबर कर दियां आईयां उही अज सरकार जबर कर रही हैं। सो इस जबर का मुकाबला असीं सबकी लिखती लिखती कहिंदे तुहाडे वल्लों साइन करके कहा, देखो जिहड़ा लिखती वकीलां ने एक मेमोरेंडम तैयार किया सी ਉਹ ਪ੍ਰਸ਼ਾਸਨ ਨੂੰ ਦੇਣ ਵਾਸਤੇ। ਮੈਨੂੰ ਸਿਰਫ 3 ਜਿਹੜੇ ਪਹਿਲੇ ਪੁਆਇੰਟ ਹੈ ਜਿਸ 'ਚ ਭਾਈ ਗੁਰਦੀਪ ਸਿੰਘ ਖੈੜਾ ਅਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਕੀਤੀ ਹੈ, ਉਹਨਾਂ ਨੇ ਜਹੇਦਾਰ ਜਗਤਾਰ ਸਿੰਘ ਦੇ ਕੇਸਾਂ ਦੀ ਗੱਲ ਕੀਤੀ ਹੈ। ਇਹ 3 ਪੁਆਇੰਟ ਜਿਹੜੇ ਮੈਨੂੰ ਦੱਸਿਆ ਗਿਆ, ਮੈਨੂੰ ਮੇਰੇ ਤੋਂ ਮੈਂ ਉੱਥੇ ਮੌਕੇ 'ਤੇ ਇਹ ਕਿਹਾ ਵੀ ਇਹ ਵਕੀਲਾਂ ਦਾ ਮਸਲਾ, ਵਕੀਲ ਆਪੇ ਸਹਿਣ ਕਰਨਗੇ, ਪਰ ਮੇਰੇ ਤੋਂ ਜ਼ਬਰਦਸਤੀ ਕਰਾਏ ਗਏ। ਇਹ ਪੁਆਇੰਟ ਮੇਰੇ ਧਿਆਨ 'ਚ ਬਿਲਕੁਲ ਨਹੀਂ ਲਿਆਂਦਾ ਗਿਆ ਵੀ ਇਹ ਰਸਤੇ ਵਿੱਚ ਖੋਲ੍ਹਣ ਵਾਸਤੇ ਕੋਈ ਸਹਿਮਤੀ ਹੈ ਨਾ। ਮੈਂ ਉਸ ਪੁਆਇੰਟ 'ਤੇ ਸਹਿਮਤ ਹੈ, ਮੈਂ ਕਲੀਅਰ ਕਰਨਾ। ਜੇ ਉਹ ਕੋਈ ਵਕੀਲਾਂ ਨੇ ਮੇਰੇ ਨਾਲ ਧੋਖਾ ਵੀ ਕਰਿਆ ਉਹਦਾ ਜਵਾਬ ਦੇ ਵਕੀਲ ਹੋਣਗੇ। ਸ਼ਿਕਾਇਤਾਂ ਕਿ ਅਸੀਂ ਕਿਸੇ ਵੀ ਚਿੱਠੀ 'ਤੇ ਸਾਈਨ ਨਹੀਂ ਕਰੇ, ਉਹ ਕਹਿੰਦੇ ਵੀ ਜਿਹੜੇ ਸਾਈਨਾਂ ਦੀ ਮੇਰਿਆਂ ਦੀ ਗੱਲ ਹੋ ਰਹੀ ਹੈ ਵੀ ਇਸ ਰਸਤਾ ਖੋਲ੍ਹਣ ਨੂੰ ਲੈ ਕੇ ਸਹਿਮਤੀ ਦੇ, ਉਹ ਕਹਿੰਦੇ ਮੇਰੇ ਤੋਂ ਉਹਲੇ ਤੁਰ ਗਿਆ। ਹੁਣ ਗੱਲ ਹੈ ਕਿ ਇਹ ਰਸਤਾ ਖੁੱਲੂ ਜਾਂ ਫਿਰ ਨਹੀਂ, ਪਰ ਦੂਜੇ ਪਾਸੇ ਇਹ ਹੈ ਵੀ ਬਾਪੂ ਗੁਰਚਰਨ ਹੋਰਾਂ ਨੇ ਸਪਸ਼ਟ ਕਹਿਤਾ ਵੀ ਅਸੀਂ ਕਿਸੇ ਤਰ੍ਹਾਂ ਦੇ ਨਾਲ ਸਹਿਮਤ ਨਹੀਂ ਹੈਗੇ। ਸਾਨੂੰ ਜਿਹੜੀਆਂ ਗੱਲਾਂ ਬਾਤਾਂ ਦੇ ਉੱਤੇ ਸਾਈਨ ਕਰਵਾਏ ਗਏ ਜਾਂ ਸਾਈਨ ਮੈਨੇ ਕੀਤੇ ਤਾਂ ਉਹਦੇ ਵਿੱਚ ਇਹ ਤਮਾਮ ਗੱਲਾਂ ਸ਼ਾਮਲ ਨਹੀਂ ਸੀਗੀਆਂ, ਕਿਉਂਕਿ ਅਸੀਂ ਹਜੇ ਵੀ ਸਹਿਮਤੀ ਨਹੀਂ ਦਿੰਦੇ ਕਿਉਂਕਿ ਸਰਕਾਰ ਨੇ ਸਾਡੀ ਗੱਲ ਕੋਈ ਨਹੀਂ ਮੰਨੀ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇੱਕ ਇਸ ਰਸਤੇ ਨੂੰ ਲੈ ਕੇ ਉਮੀਦ ਉਦੋਂ ਲੱਗਦੀ ਹੈ ਖੁੱਲ੍ਹਣ ਦੀ, ਕਿਉਂਕਿ ਜਿਵੇਂ ਕਿ ਪੂਰੇ ਜੇ ਦੇਖੀਏ ਤਾਂ ਨਿੰਗ ਸਿੰਘਾਂ ਦੇ ਵੱਲੋਂ ਆ ਜਿਹੜਾ ਇਹ ਪੂਰਾ ਛਾਇਆਬੰਦ ਆਇਆ ਸੀਗਾ ਤਾਂ ਉਹਨਾਂ ਨੇ ਆਪਦੀ ਜਿਹੜਾ ਇਹਨੂੰ ਸ਼ੁਰੂਆਤ ਕਰ ਲਈ ਹੈ ਵੀ ਅਸੀਂ ਉਹਨੂੰ ਹਟਾ ਲਈਏ। ਬਾਕੀ ਖੁੱਲ੍ਹੂ ਰਸਤਾ ਜਾਂ ਨਹੀਂ ਇਹ ਹਜੇ ਕਹਿ ਸਕਦੇ ਹਾਂ ਕਿ ਆਉਂਦੇ ਕੁਝ ਘੰਟਿਆਂ 'ਚ ਸਪਸ਼ਟ ਹੋ ਸਕਦਾ, ਹਜੇ ਇਹੋ ਜਿਹੀ ਸਥਿਤੀ ਕੋਈ ਨਜ਼ਰ ਪੈਂਦੀ ਨਹੀਂ ਹੈਗੀ। ਸੁਮਿਤ ਸਿੰਘ ਰੋਜ਼ਾਨਾ, ਸਪੋਕਸਮੈਨ ਟੀਵੀ, ਚੰਡੀਗੜ੍ਹ।